ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਰਵਨੀਤ ਬਿੱਟੂ ਨੂੰ ਇੱਕ ਵਾਰ ਫੇਰ ਉਮੀਦਵਾਰ ਐਲਾਨੇ ਜਾਣ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪਹਿਲਾਂ ਤੋਂ ਹੀ ਸਪਸ਼ਟ ਸੀ, ਜਿਨ੍ਹਾਂ ਨੇ ਸ਼ਹਿਰ ਭਰ 'ਚ ਆਪਣੀ ਉਪਲਬਧੀਆਂ ਗਿਣਾਉਣ ਸੰਬੰਧੀ ਬੋਰਡ ਲਗਾ ਰੱਖੇ ਨੇ, ਪਰ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਕਿਸੇ ਬੋਰਡ ਦੀ ਕੀ ਲੋੜ। ਪ੍ਰਾਪਤੀਆਂ ਤੁਸੀਂ ਕੋਈ ਚੰਗਾ ਸੈਗਮੈਂਟ ਚੰਗੀ ਕੋਈ ਤੁਸੀਂ ਖਬਰ ਲਾਈ ਹੋਵੇ ਉਹਦੀ ਮਸ਼ਹੂਰੀ ਕਰਨ ਦੀ ਜ਼ਰੂਰਤ ਨਹੀਂ। ਟਿਕਟ ਮਿਲੀ ਆ, ਮੈਂ ਕੁਛ ਨਹੀਂ ਕਹਾਂਗਾ, ਤੁਸੀਂ ਕੁਛ ਨਾ ਕਹੋ, ਲੋਕ ਕੁਛ ਨਾ ਕਹਿਣ। ਜਿਹੜੇ 6-6 ਵਾਰ ਦੇ MLA ਜਿੱਤੇ ਹੋਏ ਆ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ, ਉਹ ਬਿਰਤਾਂਤ ਕਰਦੇ ਆ, ਉਹ ਪੂਰਾ ਵਰਣਨ ਕਰਦੇ ਆ ਵੀ 5 ਸਾਲਾਂ ਦੇ ਵਿੱਚ ਸਤਿਕਾਰਯੋਗ MP ਸਾਹਿਬ ਨੇ ਕੀਤਾ। ਇਸੇ ਤਰ੍ਹਾਂ ਕਾਂਗਰਸ ਮੈਨੀਫੈਸਟੋ ਨੂੰ ਲੈ ਕੇ ਉਹਨਾਂ ਕਿਹਾ ਕਿ ਜਿਸ ਪ੍ਰਕਾਰ ਮੋਦੀ ਸਰਕਾਰ ਨੇ ਲੋਕਾਂ ਨੂੰ 15-15 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਰਾਹੁਲ ਗਾਂਧੀ ਨੇ 72,000 ਰੁਪਏ ਦੇਣ ਦਾ ਵਾਅਦਾ ਕੀਤਾ ਹੈ। 2014 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ, 2.5 ਕਰੋੜ ਬੇਰੁਜ਼ਗਾਰ ਯੂਥ ਨੂੰ ਨੌਕਰੀਆਂ ਦੇਣੀਆਂ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇਨ ਮਿਨ ਲਾਗੂ ਕਰਨਾ, ਹਰ ਭਾਰਤੀ ਦੇ ਅਕਾਊਂਟ ਦੇ ਵਿੱਚ ਬੈਂਕ ਖਾਤੇ ਦੇ ਵਿੱਚ 15 ਲੱਖ ਰੁਪਏ। ਮੈਂ ਪੁੱਛਣਾ ਚਾਹੂੰਗਾ ਵੀ ਉਸੇ ਅਕਾਊਂਟ 'ਚ 60,000 ਆਉਣਾ, 72,000 ਕਿਆ, 72,000 ਰੁਪਇਆ। ਇਹ ਜਿਹੜਾ ਰਾਹੁਲ ਗਾਂਧੀ ਜੀ ਵਾਲਾ 72,000, ਇਹ ਮੋਦੀ ਵਾਲੇ 15 ਲੱਖ ਵਾਲੇ ਅਕਾਊਂਟ 'ਚ ਆਉਣਾ ਜਾਂ ਨਵੇਂ ਖਾਤੇ ਖੁਲਾਉਣ ਲੋਕ, ਇਹ ਵੀ ਦੱਸ ਦੇਣ ਨਾਲ ਨਰੋਲ ਝੂਠ ਬੋਲਦੇ ਆ। ਅੱਜ ਮੈਂ ਸਵੇਰੇ ਅਖਬਾਰ ਪੜ੍ਹ ਕੇ ਆਇਆ ਤੇ ਰਾਹੁਲ ਗਾਂਧੀ ਜੀ ਦੀ ਨਾਲ ਇੱਕ ਹੋਰ ਸਟੇਟਮੈਂਟ ਉਹਦੇ 'ਚ ਹੈਗੀ ਆ, ਕਾਂਗਰਸ ਦਾ ਵੱਡਾ ਗੱਪ ਕਿ ਅਸੀਂ ਕਿਸਾਨਾਂ ਵਾਸਤੇ ਅਲੱਗ ਬਜਟ ਰੱਖਾਂ। 10 ਸਾਲ ਕਾਂਗਰਸ ਦੀ ਹਕੂਮਤ ਰਹੀ ਦੇਸ਼ ਦੇ ਅੰਦਰ ਤੇ ਤ੍ਰਾਸਦੀ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ, 5 ਸਾਲ ਮੋਦੀ ਦੇ, ਉਦੋਂ ਵੀ ਅੱਗੇ ਗੱਲ ਚੱਲੇਗੀ, ਇਹ ਸਿਰਫ ਗੱਪਾਂ ਮਾਰਦੇ ਆ। ਅੱਜ ਦੇਸ਼ ਦੇ ਅੰਦਰ ਕਾਂਗਰਸ ਤੇ BJP ਦੇ ਵਰਖਿਲਾਫ਼ ਇੱਕ ਲਾਮਬੰਦੀ ਵੋਟਰ ਦੇ ਮਨ 'ਚ ਹੈ। ਵੋਟਰ ਚਾਹੁੰਦਾ ਕਿ ਜਿਹੜੀਆਂ ਸਟੇਟ ਦੇ ਵਿੱਚ ਚੰਗੀਆਂ ਲੋਕਾਂ ਦੇ ਪ੍ਰਤੀ ਸੁਹਿਰਦ ਪਾਰਟੀਆਂ ਨੇ, ਲੋਕ ਹਿੱਤੂ ਪਾਰਟੀਆਂ ਨੇ, ਉਹ ਦੇਸ਼ ਦੀ ਸਰਕਾਰ ਬਣਾਉਣ। ਅਤੇ ਜਿਹੜੇ ਆ ਗੱਪਾਂ ਦੇ ਵੱਡੇ ਵੱਡੇ ਅੰਬਾਰ ਨੇ, ਮੈਂ ਫਿਰ ਪੁੱਛਣਾ ਚਾਹੂੰਗਾ ਕਾਂਗਰਸ ਵਾਲਿਆਂ ਨੂੰ ਵੀ ਇਹ ਮੋਦੀ ਵਾਲੇ ਖਾਤੇ 'ਚ 72,000 ਆਉਣਾ, ਤਾਂ ਲੋਕਾਂ ਨੂੰ ਕਹੀਏ ਵੀ ਨਵੇਂ ਖਾਤੇ ਖਿਲਾਓ ਭਾਈ, ਰਾਹੁਲ ਗਾਂਧੀ ਵਾਲਾ ਨਵਾਂ ਅਕਾਊਂਟ ਖਿਲਾਓ, ਉਹਦੇ 'ਚ 72,000 ਰੁਪਏ ਆਉਣਾ। ਇਹ ਹਸੀਨ ਲੋਕਾਂ ਦੇ ਨਾਲ ਵਾਅਦੇ ਕਰਦੇ ਆ, ਵੱਡੀਆਂ ਵੱਡੀਆਂ ਗੱਪਾਂ ਛੱਡਦੇ ਆ, ਵਾਸਤਵਿਕ ਦੇ ਵਿੱਚ ਕੁਛ ਨਹੀਂ। ਉਹਨਾਂ ਖੁਲਾਸਾ ਕੀਤਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ, ਜਦਕਿ ਬੀਤੇ ਦਿਨੀ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਉਹਨਾਂ ਨੇ ਪ੍ਰਵਾਸੀ ਪੰਛੀ ਦੱਸਿਆ, ਜੋ ਮੌਸਮ ਬਦਲਦੇ ਹੀ ਆਪਣੀ ਜਗ੍ਹਾ ਬਦਲ ਲੈਂਦੇ ਨੇ। ਪੰਜਾਬ ਡੈਮੋਕ੍ਰੇਟਿਕ ਅਲਾਇੰਸ, ਮੇਰਾ ਖਿਆਲ ਅਸੀਂ ਕੱਲ੍ਹ ਜਿਹੜੀਆਂ 2 ਸਾਡੀਆਂ ਲੋਕ ਇਨਸਾਫ਼ ਪਾਰਟੀ ਦੇ ਹਿੱਸੇ ਦੀਆਂ ਟਿਕਟਾਂ ਅੰਮ੍ਰਿਤਸਰ ਅਤੇ ਲੁਧਿਆਣਾ, ਕੱਲ੍ਹ ਅਸੀਂ ਸਾਰੀ ਅਨਾਊਂਸਮੈਂਟ ਜਿਹੜੀ ਆ ਤੁਹਾਡੇ ਰੂਬਰੂ ਲੋਕਾਂ ਦੀ ਤਿਆਰੀ 'ਚ ਲਾ ਦਿਆਂ। ਪ੍ਰਵਾਸੀ ਪੰਛੀ ਜਿਹੜੇ ਜਿਵੇਂ ਆਪਣੇ ਹਰੀਕੇ ਪੱਤਣ ਵੀ ਆ ਜਾਂਦੇ ਆ, ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਬਰਫ਼ ਬੁਰਫ਼ ਪੈਂਦੀ ਹੈ, ਤਾਪਮਾਨ ਦੇ ਅਨੁਸਾਰ ਫੈਸਲੇ ਲੋਕ ਲੈ ਲੈਂਦੇ ਆ, ਇਹਦੇ ਨਾਲ ਵੋਟਰ ਦੇ ਉੱਤੇ ਕੋਈ ਵੋਟਰ ਮਾੜਾ ਪ੍ਰਭਾਵ ਮਹਿਸੂਸ ਕਰਦਾ। ਸਾਡੇ ਭਰਾ ਹੈਗੇ ਆ, ਉਹ ਗਏ ਆ, ਕੋਈ ਉਹਨਾਂ ਨਾਲ ਇਹ ਨਹੀਂ ਹੈਗਾ ਕਿ ਲੋਕ ਇਨਸਾਫ਼ ਪਾਰਟੀ, ਵੋਟਰ ਨੇ ਆਪਣਾ ਫੈਸਲਾ ਦੇਣਾ, ਵੋਟਰ ਕਿਸੇ ਦਾ ਗੁਲਾਮ ਨਹੀਂ ਹੈਗਾ, ਵੋਟਰ ਸੋਚ ਨੂੰ ਵੋਟ ਕਾਸਟ ਕਰਦਾ, ਤੇ ਇਸ ਕਰਕੇ ਲੋਕਾਂ ਦੇ ਉੱਤੇ ਪੂਰਨ ਯਕੀਨ ਤੇ ਭਰੋਸਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।